ਰਾਤ ਨੂੰ ਮਕਾਨ ਦੇਖਣ ਚੱਲ ਤੜਕੇ ਆ ਜਾਂਦੇ, ਇਹਨਾਂ ਨੂੰ ਪੁੱਛ ਲੈ ਖੜ ਜਾ। ਬਾਈ ਜੀ, ਵੀਰ ਜੀ, ਬਾਈ ਜੀ, ਕੌਣ ਬਾਈ ਜੀ? ਸਤਿ ਸ੍ਰੀ ਅਕਾਲ ਜੀ। ਕਿੱਧਰ ਮੂੰਹ ਚੱਕਿਆ? ਮੈਂ ਮੂੰਹ ਨੀ ਚੱਕਿਆ ਜੀ, ਮੈਂ ਭਾਨਾ ਭਗੌੜਾ। ਮੈਂ ਬਾਈ ਜੀ ਵੀਰੋ ਬੁਲਾਤਨ। ਭਾਨਾ ਭਗੌੜਾ ਤੇ ਅਸੀਂ ਕੀ ਕਰੀਏ ਫਿਰ? ਕਰਨਾ ਤਾਂ ਕੁਛ ਨੀ, ਐਂ ਬੋਲੀਦਾ ਹੁੰਦਾ ਮਹਿਮਾਨਾਂ ਨੂੰ। ਹਾਂਜੀ ਵੀਰ, ਦੱਸੋ। ਅਸੀਂ ਨਾ ਭੈਣ ਜੀ ਆਪਣਾ ਜਿਹੜਾ ਹੋ ਮਕਾਨ ਨੀ ਹੈ, ਹਾਂਜੀ, ਉਹ ਕਿਰਾਏ ਤੇ ਲੈਣਾ ਜੀ, ਤੇ ਲੈ ਲਈਏ। ਉਹ ਵਾਲਾ ਮਕਾਨ ਨਾ ਲਿਓ ਵੀਰ ਜੀ। ਕਿਉਂ? ਉਸ ਕਰ ਤਾਂ ਭੂਤਾਂ ਪ੍ਰੇਤਾਂ ਦਾ ਵਾਸ ਆ। ਰਾਤ ਨੂੰ, ਅੱਧੀ ਰਾਤ ਨੂੰ ਵੀਰ ਜੀ, ਝਾਂਜਰਾਂ ਦੀ ਆਵਾਜ਼ ਛਨ ਛਨ ਸਾਨੂੰ ਸੁਣਦੀਆਂ, ਤੇ ਕਿਉਂ ਵਾਲਾ ਮਕਾਨ ਨਾ ਲੈ ਲਿਓ? ਹਾਂਜੀ ਵੀਰੋ, ਰਹਿਣ ਦੇ, ਉੱਥੇ ਤਾਂ ਕਹਿੰਦੇ ਭੂਤ ਪ੍ਰੇਤਾਂ ਰਹਿੰਦੀਆਂ। ਭਾਨਿਆ, ਤੂੰ ਹੀ ਡਰੀ ਜਾਂਦਾ, ਇਹੋ ਜਿਹੇ ਲੋਕ ਤਾਂ ਚਾਹੁੰਦੇ ਹੀ ਨਹੀਂ ਹੁੰਦੇ ਵੀ ਇਹਨਾਂ ਦੇ ਗਵਾਂਢ ਆ ਕੇ ਕੋਈ ਵਸੇ। ਹਾਂ, ਤੂੰ ਤਾਂ ਆਪ ਚੜੇਲ ਹੈ, ਤੂੰ ਤਾਂ ਰਾਤ ਨੂੰ ਚੜੇਲਾਂ ਨਾਲ ਗਿੱਧਾ ਪਾਇਆ ਕਰੇਂਗੀ। ਦੇ ਕਿਉਂ ਜਲੂਸ ਕਢਾਉਣਾ ਸੜਕ ਤੇ ਖੜ ਕੇ? ਤੋਰ ਗਾਂ ਜਾ ਕੇ ਦੇਖਦੇ ਆ ਆਪਾਂ। ਮੈਂ ਨਹੀਂ ਜਾਂਦਾ। ਦੇ ਚੱਲ ਗਾਂ ਹੋ ਕੇ, ਚੱਲ ਪੁੱਛਦੇ ਆ ਕਿ ਕਾਹਨੂੰ ਮੋਕ ਮਾਰੀ ਜਾਂਦਾ। ਆ ਜਾ, ਉਹ ਦੇਖ ਬਾਈ ਜੀ ਖੜੇ ਆ, ਉਹਨੂੰ ਪੁੱਛਦੇ ਆ ਆਪਾਂ। ਆ ਜਾ, ਉਹ ਆ ਜਾ, ਗਾਂ ਹੋ ਜਾ, ਕਿਰਾਏ ਤੇ ਲੈਣ ਲੱਗੇ ਸੀ। ਲੈ ਲੋ ਆਪਣਾ ਜੀ। ਬਾਈ ਜੀ, ਅਸੀਂ ਸੁਣਿਆ ਵੀ ਉੱਥੇ ਭੂਤ ਪ੍ਰੇਤਾਂ ਰਹਿੰਦੀਆਂ। ਪਤਾ ਨੀ ਕਿਉਂ, ਕੀ ਗੱਲ ਬਾਈ ਜੀ, ਤੁਸੀਂ ਇੱਥੇ ਨੀ ਰਹਿੰਦੇ? ਮੈਨੂੰ ਤਾਂ ਆਪ ਮਰੇ ਨੂੰ 25 ਸਾਲ ਹੋ ਗਏ।